ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਏਕਤਾ ਲਹਿਰ ਨਿਊਜ਼ ਅਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਧੀਂਗੜਾ। ਅੱਜ ਜੋ ਇੱਕ ਵਧੀਆ ਉਪਰਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਮਾਨਯੋਗ DSP ਸਰਬਜੀਤ ਸਿੰਘ ਰਾਏ ਵੱਲੋਂ, ਜਿਹੜੇ ਚੌਂਕਾਂ ਦੇ ਨਾਕੇ 'ਤੇ, ਜਿਹੜੇ ਹਰ ਚੌਂਕ ਦੇ ਨਾਕੇ 'ਤੇ ਵਧੀਆ ਸੇਵਾਵਾਂ ਉਪਲਬਧ ਕਰਾ ਰਹੇ ਨੇ ਵਧੀਆ ਤਰੀਕੇ ਦੇ ਨਾਲ। ਉਹਨਾਂ ਦੇ ਵਿੱਚ ਨੇ ਇੱਕ ਸੁਰਿੰਦਰਪਾਲ ਸਿੰਘ ਜੀ, ਜਿਹੜੇ ਲਗਾਤਾਰ ਕਈ ਦਿਨਾਂ ਤੋਂ ਅਨਾਊਂਸਮੈਂਟ ਵੀ ਕਰ ਰਹੇ ਨੇ, ਅਤੇ ਜੋ ਇਹ ਮਹਾਂਮਾਰੀ ਫੈਲੀ ਆ ਕਰੋਨਾ ਵਾਇਰਸ, ਉਹਦੇ ਬਾਰੇ ਲਗਾਤਾਰ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰ ਰਹੇ ਨੇ। ਉਹਨਾਂ ਨੂੰ ਵੀ ਇੱਕ ਪ੍ਰਸ਼ੰਸਾ ਪੱਤਰ ਮਿਲਿਆ। ਆਓ ਅੱਜ ਤੁਹਾਨੂੰ ਮਿਲਾਉਂਦੇ ਹਾਂ ਸੁਰਿੰਦਰਪਾਲ ਜੀ ਦੇ ਨਾਲ, ਏਕਤਾ ਲਹਿਰ ਨਿਊਜ਼ ਦੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਕੀ ਨਾਂ ਜੀ ਤੁਹਾਡਾ ਜੀ? ਮੈਂ ASI ਸੁਰਿੰਦਰਪਾਲ ਜੀ। ਸਰ ਜੀ, ਬਹੁਤ ਹੀ ਖੁਸ਼ੀ ਦੀ ਗੱਲ ਆ, ਅਸੀਂ ਵੀ ਤੁਹਾਨੂੰ ਲਗਾਤਾਰ ਇੱਥੇ ਵੇਖਦੇ ਰਹਿੰਦੇ ਹਾਂ। ਤੁਸੀਂ ਬਹੁਤ ਹੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹੋ, ਆਪਣੇ ਅਨਾਊਂਸਮੈਂਟ ਵੀ ਕਰਦੇ ਰਹਿੰਦੇ ਹੋ, ਅਤੇ ਹੋਰ ਵੀ ਆਪਣੀ ਸੇਵਾਵਾਂ ਦੇਖਦੇ ਹੋ, ਚੈਕਿੰਗ ਵੀ ਕਰਦੇ ਹੋ, ਹਰ ਤਰ੍ਹਾਂ ਦੇ ਨਾਲ ਤਨ ਮਨ ਧਨ ਦੇ ਨਾਲ ਡਿਊਟੀ ਕਰਦੇ ਹੋ। ਉਸ ਦੇ ਲਈ ਤੁਹਾਨੂੰ ਅੱਜ ਸਨਮਾਨਿਤ ਕੀਤਾ ਗਿਆ, ਮਾਨਯੋਗ DSP ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਤੁਹਾਨੂੰ ਇਸ ਬਾਰੇ ਕਿੰਨੀ ਕੁ ਖੁਸ਼ੀ ਹੈ? ਸਾਡੇ ਅਫਸਰ ਸਾਹਿਬਾਨ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ। ਸਭ ਤੋਂ ਮੈਨੂੰ ਵੱਡੀ ਖੁਸ਼ੀ ਇਹ ਹੀ ਹੈ ਕਿ ਮੈਂ ਇਸ ਤੋਂ ਪਹਿਲਾਂ ਸਾਂਝ ਕੇਂਦਰ ਦੇ ਵਿੱਚ ਕੰਮ ਕੀਤਾ, ਉੱਥੇ ਵੀ ਸਾਡਾ ਜਿਹੜਾ ਪਬਲਿਕ ਡੀਲਿੰਗ ਸੀ, ਅਤੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਲਈ ਸੁਚੇਤ ਕਰਨਾ, ਜਾਗਰੂਕ ਕਰਨਾ, ਪਿੰਡ ਪਿੰਡ ਜਾ ਕੇ ਦੱਸਣਾ, ਅਤੇ ਰੱਬ ਵੱਲੋਂ ਹੀ ਮੇਰੇ 'ਤੇ ਇੱਕ ਕਿਰਪਾ ਹੋਈ ਮੇਰੇ ਸੀਨੀਅਰ ਅਫਸਰਾਂ ਦੀ, ਅਤੇ ਮੈਨੂੰ ਇੱਥੇ ਫੁਹਾਰਾ ਚੌਂਕ ਦੇ ਵਿੱਚ ਇਹ ਡਿਊਟੀ ਕਰਨ ਦਾ ਸੁਭਾਗ ਹੋਇਆ। ਸਾਨੂੰ ਇੱਥੇ ਮਾਈਕ ਲਗਾ ਕੇ ਦਿੱਤਾ ਜੀ, ਅਸੀਂ ਮਾਈਕ ਦੇ ਉੱਤੇ ਲੋਕਾਂ ਨੂੰ ਦੱਸਦੇ ਹਾਂ ਵੀ ਜਿਹੜੀ ਕਰੋਨਾ ਇਹ ਵਾਇਰਸ ਆ, ਇਹ ਪੂਰੇ ਵਰਲਡ ਦੇ ਵਿੱਚ ਜਿਹੜਾ ਆ ਜਨ ਜੀਵਨ ਨੂੰ ਖਾ ਰਿਹਾ ਆ, ਜਿਹਨੇ ਹਿੰਦੁਸਤਾਨ ਦੇ ਵਿੱਚ ਵੀ ਪੈਰ ਪਸਾਰੇ ਨੇ, ਪਰ ਸਾਡੀਆਂ ਸਰਕਾਰਾਂ ਸਮੇਂ ਸਿਰ ਸੁਚੇਤ ਹੋ ਗਈਆਂ, ਜਿਨ੍ਹਾਂ ਨੇ ਲੋਕਡਾਊਨ ਕੀਤਾ, ਔਰ ਲੋਕਡਾਊਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਆਪਣਾ ਤਨਦੇਹੀ ਦੇ ਨਾਲ ਡਿਊਟੀ ਨਿਭਾ ਰਿਹਾ। ਸਰ ਜੀ, ਹੋਰ ਵੀ ਇਸ ਤੋਂ ਇਲਾਵਾ ਤੁਹਾਨੂੰ ਕੋਈ ਪ੍ਰਬੰਧ ਕਰਕੇ ਦਿੱਤੇ ਗਏ ਇੱਥੇ ਬੈਠਣ ਨੂੰ, ਜਿੱਦਾਂ ਅਜੇ ਧੁੱਪੇ ਆ, ਬਹੁਤ ਗਰਮੀ ਆ, ਇਸ ਤੋਂ ਇਲਾਵਾ ਵੀ ਕੋਈ ਤੁਹਾਨੂੰ ਦਿੱਤੇ ਗਏ ਪ੍ਰਬੰਧ? ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੀਨੀਅਰ ਅਫਸਰ ਸਾਡੇ ਨਾਲ ਕੰਧੇ ਨਾਲ ਕੰਧਾ ਲਾ ਕੇ ਚੱਲਦੇ ਨੇ ਸਾਡੀ ਹਰ ਜ਼ਰੂਰਤ, ਚਾਹੇ ਉਹ ਰਿਹਾਇਸ਼ ਹੋਵੇ, ਚਾਹੇ ਖਾਣਾ ਹੋਵੇ, ਇੱਥੋਂ ਤੱਕ ਕਿ ਸਾਨੂੰ ਫਰੂਟ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਵਾ ਹਰ ਨਾਕਿਆਂ 'ਤੇ, ਹਰ ਜਗ੍ਹਾ ਗਸ਼ਤ ਵਾਲੀਆਂ ਪਾਰਟੀਆਂ ਨੂੰ ਉਹ ਜਿਹੜਾ ਫਰੂਟ ਮੁਹੱਈਆ ਕਰਾ ਕੇ ਦਿੱਤਾ ਜਾ ਰਿਹਾ, ਤਾਂ ਜੋ ਸਾਡੀ ਜਿਹੜੀ ਐਨਰਜੀ ਆ ਉਹ ਘਟੇ ਨਾ। ਤੋ ਸਾਡੇ ਸਭ ਤੋਂ ਵੱਡੀ ਖੁਸ਼ੀ ਇਹ ਹੀ ਆ ਕਿ ਸਾਨੂੰ ਸਮੇਂ ਸਮੇਂ 'ਤੇ ਥਾਪੜਾ ਦੇ ਕੇ, ਇੱਕ ਬੱਚਿਆਂ ਵਾਸਤੇ ਬਾਪ ਵੱਲੋਂ ਥਾਪੜਾ ਜਿਹੜਾ ਬਹੁਤ ਵੱਡੀ ਇੱਕ ਗੱਲ ਹੁੰਦੀ ਆ, ਉਹਨੂੰ ਕੁਛ ਮਿਲੇ ਨਾ ਮਿਲੇ, ਜਿਹੜੀ ਸ਼ਾਬਾਸ਼ੀ ਆ ਉਹ ਘੇ ਸ਼ੱਕਰ ਤੋਂ ਵੱਧ ਹੁੰਦੀ ਆ। ਅਤੇ ਅੱਜ ਜਿਹੜਾ ਸਾਡੇ ਸੀਨੀਅਰ ਅਫਸਰਾਂ ਨੇ ਆ ਕੇ ਮੈਨੂੰ ਸਨਮਾਨਿਤ ਕੀਤਾ, ਮੈਨੂੰ ਸਰਟੀਫਿਕੇਟ ਦਿੱਤਾ, ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਆ ਕਿ ਮੇਰੇ ਦਿਨ ਭਰ ਦੇ ਥਕੇਵੇਂ ਜਿਹੜੇ ਆ ਉਹ ਦੂਰ ਹੋ ਗਏ। ਕੋਈ ਹੋਰ ਵੀ ਸ਼ਹਿਰ ਵਾਸੀ ਤੁਹਾਡੇ ਦੇ ਨਾਲ ਤੁਹਾਡੀ ਕੋਈ ਮਦਦ ਜਾਂ ਹੈਲਪ ਕਰ ਰਹੇ ਨੇ? ਦੇਖੋ ਜੀ, ਸਾਨੂੰ ਪੂਰਾ ਸਹਿਯੋਗ ਆ ਇਸ ਚੌਂਕ ਦੇ ਵਿੱਚ। ਤਕਰੀਬਨ ਜਿਹੜੇ ਸਭ ਤੋਂ ਵੱਡਾ ਸਹਿਯੋਗ ਤਾਂ ਇਹ ਹੀ ਆ ਕਿ ਜੋ ਲੋਕਡਾਊਨ ਆ ਉਸ ਲੋਕਡਾਊਨ ਦੇ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ, ਘਰਾਂ ਤੋਂ ਬਾਹਰ ਨਹੀਂ ਆ ਰਹੇ। ਸਾਡੀ ਜਿਹੜੀ ਆ ਸਰਕਾਰ ਦੀ ਹਦਾਇਤ ਆ ਜੋ ਅਸੀਂ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਉਹ ਮੰਨਦੇ ਆ ਅਤੇ ਘਰਾਂ ਦੇ ਵਿੱਚ ਨੇ, ਅਤੇ ਆਲੇ ਦੁਆਲੇ ਤੋਂ ਜੋ ਅਗਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਵੀ ਪੈਂਦੀ ਆ ਅਤੇ ਸਾਨੂੰ ਵੇਲੇ ਕਵੇਲੇ ਆ ਕੇ ਪਾਣੀ ਜਾਂ ਚਾਹ ਵਗੈਰਾ ਪੁੱਛਦੇ ਨੇ ਅਤੇ ਜ਼ਰੂਰਤ ਮੁਤਾਬਕ ਸਾਨੂੰ ਦਿੰਦੇ ਨੇ। ਇਸ ਤੋਂ ਇਲਾਵਾ ਹੋਰ ਵੀ ਕੁਛ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਜੀ? ਸਾਡਾ ਸੀਨੀਅਰ ਅਫਸਰਾਂ ਨੂੰ ਮੈਂ ਸੰਦੇਸ਼ ਤਾਂ ਨਹੀਂ ਦੇ ਸਕਦਾ, ਸਾਡੀ ਰਿਕੁਐਸਟ ਹੀ ਆ, ਜਿਸ ਤਰ੍ਹਾਂ ਇਹ ਕਰੋਨਾ ਵਾਇਰਸ ਦੇ ਵਿੱਚ ਉਹ ਸਾਡੀ ਅਗਵਾਈ ਕਰ ਰਹੇ ਨੇ, ਹਰੇਕ ਜਗ੍ਹਾ ਅਗਵਾਈ ਕਰਦੇ ਨੇ, ਪਰ ਇਹ ਕਰੋਨਾ ਵਾਇਰਸ ਜਿਹੜਾ ਆ ਉਹ ਸਾਡੇ ਅੱਗੇ ਚੱਲ ਕੇ ਹਰ ਜਗ੍ਹਾ ਸਾਡਾ ਸਾਥ ਦਿੰਦੇ ਨੇ, ਹਰ ਚੀਜ਼ ਸਾਨੂੰ ਮੁਹੱਈਆ ਕਰਕੇ ਦਿੰਦੇ ਨੇ। ਉਹਦੇ ਨਾਲ ਨਾਲ ਪਬਲਿਕ ਨੂੰ ਇਹ ਸੰਦੇਸ਼ ਆ ਵੀ ਅੱਜ ਤੱਕ ਜਿਹੜੀ ਜੰਗ ਆ ਅਸੀਂ ਜਿੱਤਣ ਦੇ ਸਿਰੇ ਤੱਕ ਆ,
ਤਕਰੀਬਨ ਕੋਈ ਨਵੇਂ ਕੇਸ ਇੰਨੇ ਨਹੀਂ ਆ ਰਹੇ। ਤੁਸੀਂ ਲੋਕਡਾਊਨ ਜੋ ਪ੍ਰਸ਼ਾਸਨ ਦੀਆਂ ਆਦੇਸ਼ਾਂ ਉਹਦੇ ਮੁਤਾਬਕ ਅੰਦਰ ਰਹੋ ਅਤੇ ਜਿੱਦਾਂ ਅਸੀਂ ਤੁਹਾਡਾ ਖਿਆਲ ਰੱਖੇ ਤੁਸੀਂ ਸਾਡਾ ਖਿਆਲ ਰੱਖੋ। ਸਾਡਾ ਖਿਆਲ ਰੱਖਣਾ ਬਹੁਤ ਸੌਖੀ ਗੱਲ ਹੈ ਕਿ ਸਿਰਫ ਅੰਦਰ ਰਹਿਣਾ, ਆਪਣੇ ਪਰਿਵਾਰਾਂ ਨਾਲ ਸਮਾਂ ਬਤੀਤ ਕਰਨਾ ਜੀ। ਤੋ ਇਹ ਸੀ ਸੁਰਿੰਦਰਪਾਲ ਜੀ, ਜਿਹੜੇ ਕਿ ਜਿਨ੍ਹਾਂ ਨੂੰ ਬਹੁਤ ਹੀ ਅੱਛੀਆਂ ਸੇਵਾਵਾਂ ਦੇ ਲਈ ਇੱਥੇ ਅੱਜ ਸਨਮਾਨਿਤ ਕੀਤਾ ਗਿਆ। ਮਾਨਯੋਗ ਸਰਬਜੀਤ ਸਿੰਘ ਜੀ DSP ਵੱਲੋਂ ਸਨਮਾਨਿਤ ਕੀਤਾ ਗਿਆ। ਕੈਮਰਾਮੈਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ ਨਿਊਜ਼, ਨਕੋਦਰ।